ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ, ਖੁਸ਼ ਹੋਵੋਗੇ ਜੀ। ਅਤੇ ਅੱਜ ਇੰਗਲੈਂਡ ਦੇ ਵਿੱਚ ਕਾਫੀ ਗਰਮ ਮੌਸਮ ਹੈ ਜੀ, ਧੁੱਪ ਕਾਫੀ ਨਿਕਲ ਰਹੀ ਹੈ ਅਤੇ ਆਲਮੋਸਟ 35 ਡਿਗਰੀ ਦੇ ਆਸ ਪਾਸ ਟੈਂਪਰੇਚਰ ਹੈ ਇੱਥੇ ਦਾ। 35 ਡਿਗਰੀ ਦਾ ਮਤਲਬ ਇਹ ਹੈ ਵੀ ਇੰਡੀਆ ਦਾ 40 ਡਿਗਰੀ ਟੱਪ ਜਾਣਾ। ਸੋ ਅਸੀਂ ਜਾ ਰਹੇ ਹਾਂ ਜੀ ਥੋੜ੍ਹਾ ਜਿਹਾ ਘੁੰਮਣ ਅੱਜ, ਅਤੇ ਸੋਚਿਆ ਵੀ ਥੋੜ੍ਹਾ ਜਿਹਾ ਅੱਜ ਬਾਹਰ ਦੇਖ ਕੇ ਆਈਏ, ਨੇਚਰ ਵੇਖ ਕੇ ਆਈਏ, ਕਿਉਂਕਿ ਮੌਸਮ ਸਾਫ਼ ਹੈ। ਵਿੱਚ ਵਿੱਚ ਥੋੜ੍ਹੇ ਥੋੜ੍ਹੇ ਬੱਦਲ ਹੋ ਜਾਂਦੇ ਹੈ, ਬਟ ਫਿਰ ਵੀ ਮੌਸਮ ਖੁੱਲ੍ਹਾ, ਗਰਮੀ ਦਾ ਵੀ ਆਨੰਦ ਲੈ ਲੈਣਾ ਚਾਹੀਦਾ। ਹੁਣ ਜਾ ਰਹੇ ਹਾਂ ਜੀ ਬਾਹਰ, ਅਤੇ ਕੁਛ ਨਾਲ ਸਮਾਨ ਵੀ ਲੈ ਲਈਏ, ਲਾਈਕ ਆਹ ਦੇਖੋ ਜੀ ਕੇਲੇ। ਅਮਨਜੋਤ ਸਿੰਘ ਜੀ ਸਾਹਮਣੇ ਖੜ੍ਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਗਰਮੀ ਦੇ ਹਿਸਾਬ ਦੇ ਨਾਲ ਥੋੜ੍ਹੀ ਜਿਹੀ ਤਿਆਰੀ ਕਰ ਰਹੇ ਹਾਂ। ਕਿਹੜੀ ਕਿਹੜੀ ਤਿਆਰੀ ਕਰ ਰਹੇ ਹੋ? ਬੈਰੀਜ ਵਾਟਰ। ਅੱਛਾ, ਇਹਨੂੰ ਹੁਣ ਕੀ ਕਰੋਗੇ? ਬਸ ਆਹ ਦੇਖੋ ਬੈਰੀਜ ਪਾ ਕੇ, ਹਾਂ ਇਹਦਾ ਰੰਗ ਲਵਾਂਗੇ ਪਾਣੀ 'ਚ। ਵਾਹ ਵਾਹ, ਇਹਦਾ ਟੇਸਟ ਆਏਗਾ ਕਿ ਇਹਦੀ ਫ੍ਰੈਗਰੈਂਸ ਆਏਗੀ? ਪਾਣੀ ਘੱਟ ਨੀ ਪੈ ਜੂਗਾ ਤੁਹਾਨੂੰ? ਪਾਣੀ ਜਦੋਂ ਘੱਟ ਪੈ ਜਾਏਗਾ ਫਿਰ ਭਰ ਲਾਂਗੇ ਰਾਹ ਦੇ ਕਿਤੇ। ਅੱਛਾ ਅੱਛਾ। ਸੋ ਜੀ ਮੈਂ ਗੱਲ ਕਰ ਰਿਹਾ ਸੀਗਾ ਵੀ ਆਹ ਥੋੜੇ ਜਿਹੇ ਕੇਲੇ ਲੈ ਲਈਏ ਨਾਲ, ਤੇ ਇਹਨੂੰ ਕਹਿੰਦੇ ਨੇ ਇਹ ਇਹ ਹੈਗਾ ਪੀਚ ਦਾ ਹੀ ਖਾਨਦਾਨ ਆ, ਪਰ ਇਹ ਕੋਈ ਹੋਰ ਚੀਜ਼ ਹੈ। ਇਹ ਕੀ ਹੈ ਅਮਨਜੋਤ ਸਿੰਘ? ਇਹ ਮਾਰੇ ਲਿਖਿਆ ਹੋਣਾ ਇੱਥੇ ਫਲੈਟ ਪੀਚ ਆ, ਹੈ ਪੀਚੀ ਆ, ਫਲੈਟ ਹੈ ਇਹ, ਫਲੈਟ ਹੈ ਜੀ ਪੀਚ। ਇੰਡੀਆ 'ਚ ਗੋਲ ਹੁੰਦੇ ਆ, ਇੱਥੇ ਫਲੈਟ ਹੁੰਦੇ ਆ, ਥੋੜ੍ਹੇ ਜਿਹੇ ਫਲੈਟ ਵੀ ਹੁੰਦੇ ਆ ਕਹਿਣ ਦਾ ਭਾਵ ਹੈ। ਅਤੇ ਆਹ ਜੀ ਸਾਡੀ ਫੇਵਰੇਟ ਚੀਜ਼ ਐਵਾਕੈਡੋ, ਜਿਹਨੂੰ ਅਸੀਂ ਬਹੁਤ ਖੁਸ਼ ਹੋ ਕੇ ਖਾਂਦੇ ਹਾਂ। ਇੰਡੀਆ ਵਿੱਚ ਘੱਟ ਮਿਲਦੇ ਆ, ਕਿਤੇ ਕਿਤੇ ਮਿਲਦੇ ਆ ਇੰਡੀਆ ਦੇ ਵਿੱਚ, ਬਟ ਜਦੋਂ ਮਿਲਦੇ ਆ ਉਦੋਂ ਰੂਹ ਖੁਸ਼ ਹੋ ਜਾਂਦੀ ਹੈ, ਬਹੁਤ ਅੱਛੇ। ਅਤੇ ਆਹ ਵੀ ਹੈ ਜੀ ਆਲੂ ਬੁਖਾਰੇ, ਸਟ੍ਰੋਬੇਰੀਜ਼, ਦੇਖੋ ਜੀ ਕੈਸੀ ਲਾਲ ਰੰਗ ਦੀ ਹੈ, ਸੁਰਖ ਲਾਲ, ਸੁਰਖ ਲਾਲ ਹੈ ਪੰਜਾਬੀ, ਸੁਰਖ ਲਾਲ। ਕੱਟ ਕੱਟ ਕੇ ਪਾਣੀ 'ਚ ਪਾਈ ਜੋ। ਆਇਆ ਜੀ ਫਲੈਪ ਜੈਕਸ, ਅਤੇ ਮੈਨੂੰ ਇਹ ਵੀ ਬਹੁਤ ਪਸੰਦ ਹੈ। ਇਹ ਹੈਗਾ ਜੀ ਬੇਸਿਕਲੀ ਜਿਹੜੇ ਕਣਕ ਹੁੰਦੀ ਹੈ, ਅਤੇ ਕਣਕ ਦਾ ਬਣਿਆ ਹੋਇਆ, ਕਣਕ ਦੇ ਮੋਟੇ ਦਾਣਿਆਂ ਦਾ। ਆਹ ਦੇਖੋ ਜੀ ਕਿੱਡੀ ਸੋਹਣੀ ਗੱਲ ਲਿਖੀ ਹੈ, ਡੋਂਟ ਟੇਕ ਲਾਈਫ ਟੂ ਸੀਰੀਅਸਲੀ, ਨੋਬਡੀ ਗੈਟਸ ਆਊਟ ਅਲਾਈਵ ਐਨੀਵੇ। ਵਾਹ ਵਾਹ ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਅਸੀਂ ਆਏ ਹਾਂ ਜੀ ਇੱਥੇ, ਬੋਟਿੰਗ ਪਲੇਸ ਹੈ, ਅਤੇ ਬੋਟਿੰਗ ਕਰਨ ਆਏ ਹਾਂ ਥੋੜ੍ਹੀ ਜੀ, ਕਿਉਂਕਿ ਅੱਜ ਦਾ ਦਿਨ ਥੋੜ੍ਹਾ ਜਿਹਾ ਖਾਲੀ ਰੱਖਿਆ ਸੀਗਾ। ਜਦੋਂ ਥੋੜ੍ਹਾ ਜਿਹਾ ਖਾਲੀ ਹੋਵੇ ਫਿਰ ਦਿਲ ਕਰਦਾ ਵੀ ਕਿਤੇ ਮਾੜਾ ਮੋਟਾ ਘੁੰਮ ਲਿਆ ਜਾਵੇ, ਅਤੇ ਅੱਜ ਇੱਥੇ ਲਾਗੇ ਹੀ ਇੱਕ ਬੋਟਿੰਗ ਪਲੇਸ ਹੈ, ਅਤੇ ਕਿਉਂਕਿ ਗਰਮੀ ਵੀ ਬਹੁਤ ਹੈ ਅਤੇ ਥੋੜ੍ਹਾ ਜਿਹਾ ਪਾਣੀ ਦੇ ਲਾਗੇ ਲਾਗੇ ਰਹਾਂਗੇ ਅਤੇ ਸ਼ਾਇਦ ਗਰਮੀ ਘੱਟ ਲੱਗੇਗੀ। ਕਾਫੀ ਤੇਜ਼ ਧੁੱਪ ਹੈ ਅੱਜ, 37 ਡਿਗਰੀ ਦੱਸ ਰਹੇ ਨੇ, ਫੀਲਸ ਲਾਈਕ 43-44। ਬਿਲਕੁਲ ਇੰਡੀਆ 'ਚ ਇੱਦਾਂ, ਇੰਡੀਆ 'ਚ ਇੱਦਾਂ ਲੱਗਦਾ ਹੁੰਦਾ, ਇੱਥੇ ਗਰਮੀ ਸਾਰਨੀ ਬਹੁਤ ਔਖੀ। ਹਾਂ ਬਹੁਤ ਜ਼ਿਆਦਾ ਗਰਮ ਹੈਗਾ। ਸੋ ਖੈਰ ਪਹੁੰਚ ਗਏ ਹਾਂ ਜੀ, ਅਤੇ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਤਕ ਦੇਖਿਓ ਕੈਸੀ ਹੈ, ਬਤਕ ਘੱਟ ਤੇ ਬੋਟ ਜ਼ਿਆਦਾ ਨਹੀਂ ਲੱਗ ਰਹੀ। ਆਹੋ ਜੀ ਕਹਿੰਦਾ ਚੜ੍ਹ ਕੇ ਝੂਟੇ ਨਾ ਲੈ ਲਈਏ, ਤੂੰ ਚੜ੍ਹ ਗਿਆ ਤੇ ਉਹਨੇ ਡੁੱਬ ਜਾਣਾ ਹੀ। ਨਹੀਂ ਤਗੜੀ ਆ, ਮੈਂ ਕਿਹਾ ਪੁੱਛ ਲਾਂ ਜੀ ਝੂਟਾ ਦਿੰਦੀ ਤੈਨੂੰ ਤੇ, ਤਗੜੀ ਆ ਕੋਈ ਅਰਜ਼ ਨਹੀਂ। ਹਾਂ
ਜੀ ਅਸੀਂ ਬਹਿ ਗਏ ਹੋਏ ਆ ਜੀ ਨਹੀਂ ਪਸੰਦ ਨਹੀਂ ਆਈ ਸਾਨੂੰ ਇਹ ਪਸੰਦ ਨਹੀਂ ਆ ਰਿਹਾ ਕੰਮ ਕਿਉਂਕਿ ਕੱਲਾ ਮਿੱਕੀ ਚਲਾ ਰਿਹਾ ਕੀ ਕਰਾਂ ਹੁਣ ਮੈਂ ਮੋੜ ਲਓ ਉਧਰ ਨਾਲੇ ਤੈਨੂੰ ਚਾਰ ਤੇ ਚਾਰ ਜਣਿਆਂ ਦਾ ਭਾਰ ਖਿੱਚਣਾ ਪੈ ਰਿਹਾ ਆਪਣਾ ਆਪਣਾ ਖਿੱਚੋ ਸਵਾਦ ਨੀ ਆਇਆ ਕਾਫੀ ਮੈਨੂਅਲ ਚਲਾਉਣਾ ਤੇ ਅਸੀਂ ਥੱਕ ਗਏ ਆ ਹੁਣ ਅਸੀਂ ਦੂਜਾ ਲੈਣੇ ਆ ਕੱਟ ਕੇ ਥੱਕ ਗਏ ਬਸ ਦੂਜਾ ਲੈ ਕੇ ਦੇਖਦੇ ਆ ਲਓ ਜੀ ਇਕੱਲੇ ਇਕੱਲੇ ਚਲਾ ਰਹੇ ਹਾਂ ਅਸੀਂ ਇਹ ਸਿੰਗਲ ਬੋਟ ਹੈ ਤੁਸੀਂ ਵੇਖ ਸਕਦੇ ਹੋ ਪਰ ਡਰ ਕਾਫੀ ਲੱਗਦਾ ਪਿਆ ਕਿਉਂਕਿ ਮੈਂ ਪਹਿਲੀ ਵਾਰੀ ਚਲਾ ਰਿਹਾ ਅਤੇ ਖੈਰ ਚੱਲੀ ਜਾ ਰਹੀ ਹੈ ਉਹ ਦੇਖੋ ਜੀ ਸਾਹਮਣੇ ਲੱਗੇ ਹੋਏ ਨੇ ਸਾਰੇ ਹੀ ਹਾਂਜੀ ਭਾਅ ਜੀ ਇੱਕ ਮਿੰਟ ਯਾਰ ਮੈਂ ਬਰਾਬਰ ਕਿੱਦਾਂ ਵਾ ਤੁਸੀਂ ਬ੍ਰੇਕ ਲਾਓ ਸਿਮੀ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਗਰਮੀ ਦਾ ਇਸ ਟਾਈਮ ਜ਼ਿਆਦਾ ਹੀ ਗਰਮੀ ਲੱਗ ਰਹੀ ਵੈਸੇ ਆਨੰਦ ਤੋਂ ਬਾਅਦ ਦੀ ਗੱਲ ਹੋ ਗਈ ਥੋੜ੍ਹੀ ਜੀ ਅਤੇ ਇਸ ਟਾਈਮ ਬਿਲਕੁਲ ਹਿਊਮਿਡ ਹੋਇਆ ਪਿਆ ਅਸੀਂ ਪਾਣੀ ਦੇ ਵਿੱਚ ਹੀ ਥੱਕ ਗਏ ਹਾਂ ਅਤੇ ਅਸੀਂ ਥੋੜ੍ਹਾ ਜਿਹਾ ਹੁਣ ਇੱਥੇ ਰੈਸਟ ਕਰਾਂਗੇ ਪਾਣੀ ਦੇ ਵਿੱਚ ਪਾਣੀ 'ਚ ਤਾਂ ਆਏ ਠੰਡੇ ਹੋਣ ਸੀਗੇ ਪਰ ਮੈਨੂੰ ਲੱਗਦਾ ਥੋੜ੍ਹਾ ਜ਼ਿਆਦਾ ਗਰਮ ਹੋ ਕੇ ਜਾ ਰਹੇ ਹਾਂ ਬੋਟ ਤੇ ਜ਼ੋਰ ਲੱਗ ਗਿਆ ਐਕਸਰਸਾਈਜ਼ ਨਾਲ ਹੋਈ ਆ ਇੱਕ ਤਾਂ ਇਹ ਪਤਾ ਨਹੀਂ ਹੈ ਕਿ ਇਹਨੂੰ ਕੀ ਕਹਿੰਦੇ ਬੋਟ ਕਿਹਨੂੰ ਕੀ ਕਹਿੰਦੇ ਬੋਟ ਹੀ ਕਹਿੰਦੇ ਇਹਨੂੰ ਕਹਿੰਦੇ ਆ ਸਕਾਈ ਬੋਟ ਕਿਹੜੀ ਆ ਗਈ ਖਾਇਆ 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 ਕਿ ਨਹੀਂ ਖਾਇਆ ਮਾਹੀ ਤਾਂ ਨਹੀਂ ਖਾਇਆ ਕੁਛ ਵੀ ਖਾਇਆ ਤੇ ਖੈਰ ਹੁਣ ਹੌਲੀ ਹੌਲੀ ਸੁਧੇ ਸੁਧੇ ਆਪਾਂ ਪਹੁੰਚ ਜਾਣਾ ਤੇ ਚਲੋ ਜੀ ਬੜਾ ਅੱਗੇ ਲੰਘੇ ਜੇ ਇਹ ਨਾ ਚੜਦੀ ਹਾਂਜੀ ਭਾਜੀ ਬੜੇ ਪਿਆਰ ਨਾਲ ਆ ਰਹੇ ਹੋ ਜ਼ੋਰ ਲਾਓ ਥੋੜਾ ਓ ਵੀਡੀਓ ਬਣਾ ਦੋ ਹਾਂਜੀ ਭਾਜੀ ਹਾਂਜੀ ਮਹਾਰਾਜ ਬੜੀਆਂ ਸਪੀਡਾਂ ਖਿੱਚੀਆਂ ਉਹ ਮੇਰਾ ਡੰਡਾ ਸਪੀਡ ਤਾਂ ਮੈਂ ਹੁਣ ਖਿੱਚੂਗਾ ਵਾਹ 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 ਪਰ ਹੋਇਆ ਬਹੁਤ ਬੜੀ ਤੇਜ਼ ਭੱਜਦੀ ਹੈ ਨਾ ਉਹ ਤੂੰ ਟੱਕਰਾਂ ਮਾਰੀ ਜਾਂਦਾ ਮੇਰੇ ਨਾਲ ਬ੍ਰੇਕਿੰਗ ਨਾ ਵੱਜ ਗਈ ਇੱਥੇ ਲੈਟਾਂ ਲੁੱਟਾਂ ਨਹੀਂ ਨਾ ਹੈਗੀਆਂ ਨਾ ਗ੍ਰੀਨ ਨਾ ਰੈੱਡ ਇਹ ਨਾ ਇਹ ਰੁਕਦਾ ਹੀ ਨਹੀਂ ਪਿਆ ਮਹਾਰਾਜ ਕਰੀਏ ਵਲੌਗ ਚ ਵਲੌਗ ਵਲੌਗ ਚ ਵਲੌਗ ਚੰਗੀ ਐਕਸਰਸਾਈਜ਼ ਹੋ ਰਹੀ ਹੈ ਐਕਸਰਸਾਈਜ਼ ਪੂਰੀ ਹੋ ਗਈ ਹੈ ਵਾਹ ਦੁਬਾਰਾ ਰੋਟੀ ਖਾਣ ਵਾਲੇ ਹੋ ਗਏ ਆ ਲਓ ਜੀ ਆ ਅੱਗੇ ਤਾਂ ਬਿਲਕੁਲ ਹੀ ਜੰਗਲ ਹੈ ਕੋਈ ਆਲੇ ਦੁਆਲੇ ਬੰਦਾ ਨਹੀਂ ਨਜ਼ਰ ਆ ਰਿਹਾ ਹਾਂਜੀ ਮੈਂ ਤਾਂ ਥੱਕ ਗਿਆ ਲਓ ਜੀ ਅਸੀਂ ਉਤਰ ਚੁੱਕੇ ਹਾਂ ਜੀ ਵਾਪਸ ਵਧੀਆ ਸੀਗਾ ਬਹੁਤ ਇੰਜੋਏ ਕੀਤਾ ਅਤੇ ਦੋ ਤਿੰਨ ਵਾਰੀ ਡਿੱਗਦੇ ਵੀ ਬਚੇ ਅਸੀਂ ਮੈਂ ਕੰਡਿਆਂ 'ਚ ਵੱਜਿਆ ਜਾ ਕੇ ਇਹਦੇ ਕੋਈ ਕੰਟਰੋਲ ਨਹੀਂ ਹੋਈ ਸਿੱਧਾ ਕੰਡਿਆਂ ਵਿੱਚ ਜਾ ਕੇ ਵੱਜਿਆ ਇਹ ਅਤੇ ਕਦੇ ਸੱਟ ਤਾਂ ਨਹੀਂ ਲੱਗੀ ਨਹੀਂ ਬਚਾਅ ਹੋ ਗਿਆ
ਬਚਾ ਹੋ ਗਿਆ ਮੈਂ ਬੈਕ ਗੇਅਰ ਪਾ ਲਿਆ ਸੀਗਾ ਉਦੋਂ ਤੱਕ ਆ ਗਿਆ ਸੀਗਾ ਮੈਨੂੰ ਬੈਕ ਗੇਅਰ ਪਾ ਨਹੀਂ ਨਹੀਂ ਝੂਠ ਮਾਰ ਨਹੀਂ ਨਹੀਂ ਆ ਗਿਆ ਉਹ ਕਈ ਇੱਕੋ ਦਮ ਆ ਗਿਆ ਨਾ ਚਲੋ ਖੈਰ ਜੀ ਬਹੁਤ ਇੰਜੋਏ ਕੀਤਾ ਤੇ ਗੱਲ ਇਹ ਹੈ ਕਿ ਹੈਂ ਮੈਂ ਕਿਹਾ ਗੱਲ ਇਹ ਹੈ ਕਿ ਜਦੋਂ ਸਿਰ ਤੇ ਪੈਂਦੀ ਉਦੋਂ ਸਾਰਾ ਕੁਝ ਆ ਜਾਂਦਾ ਸਿਰ ਤੇ ਜਦੋਂ ਕੰਡੇ ਪੈਂਦੇ ਆ ਬਸ ਇਹਦੇ ਸਿਰ ਤੇ ਕੰਡੇ ਪਏ ਇਹਦੇ ਸਿਰ ਤੇ ਕੰਡੇ ਪਏ ਭਾਈ ਸਾਈਡ ਤੁਹਾਡੀ ਵੀ ਵੱਜੀ ਸੀਗੀ ਪਰ ਉਹ ਕੰਡੇ ਨਹੀਂ ਸੀਗੇ ਬਚਾਅ ਕੰਡੇ ਨਹੀਂ ਸੀਗੇ ਉੱਤੇ ਆਹ ਥੋੜ੍ਹੀ ਅਨਬੈਲੈਂਸ ਹੋ ਗਿਆ ਸੀਗਾ ਖੈਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅਤੇ ਇਹਦੇ ਵਿੱਚ ਵੀ ਸ਼ੁਕਰ ਆ ਮਾਲਕ ਦਾ ਜੋ ਅੱਜ ਦਾ ਦਿਨ ਦਿਖਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਸਾਡੀ ਕਾਰ ਲਓ ਜੀ ਭੁੱਖ ਲੱਗ ਗਈ ਹੈ ਅਤੇ ਕੁਛ ਖਾ ਲਈਏ ਹੁਣ ਅਤੇ ਬਰਗਰ ਵਗੈਰਾ ਜੋ ਵੀ ਇੱਥੇ ਮਿਲਦਾ ਉਹ ਖਾ ਲੈਂਦੇ ਹਾਂ ਥੱਕ ਗਏ ਹਾਂ ਕਿਉਂਕਿ ਬੋਟਿੰਗ ਕਰਕੇ ਕਾਫੀ ਜ਼ੋਰ ਲੱਗ ਗਿਆ ਅਤੇ ਆਹ ਸ਼ੋਲਡਰ ਹੁਣ ਪੇਨ ਕਰਨ ਲੱਗ ਪਏ ਇੱਥੇ ਅਤੇ ਖੈਰ ਅਲੱਗ ਜਿਹਾ ਐਕਸਪੀਰੀਅੰਸ ਸੀਗਾ ਉਹ ਅਤੇ ਕੁਛ ਖਾ ਲਈਏ ਹੁਣ ਫਿਰ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਜੀ ਇੱਥੇ ਬੜੇ ਸਾਫ਼ ਸੁਥਰੇ ਬਣੇ ਹੋਏ ਹੋ ਅਲੱਗ ਅਲੱਗ ਤਰ੍ਹਾਂ ਦੇ ਇੱਕ ਦੇ ਵਿੱਚ ਤੁਸੀਂ ਰੀਸਾਈਕਲ ਚੀਜ਼ਾਂ ਪਾ ਸਕਦੇ ਹੋ ਜਿਹੜੀਆਂ ਦੁਬਾਰਾ ਉਹ ਬਣ ਸਕਦੀਆਂ ਅਤੇ ਦੂਜੇ ਵਿੱਚ ਤੁਸੀਂ ਕਾਗਜ਼ ਪੱਤਰ ਜੋ ਵੀ ਤੁਹਾਡੇ ਹੈਗੇ ਆ ਗੰਦ ਮੰਦ ਉਹ ਸਾਰਾ ਰਬਿਸ਼ ਪਾ ਸਕਦੇ ਹੋ ਸੋ ਇਹਨਾਂ ਵਿੱਚ ਪਾਉਣਾ ਜ਼ਰੂਰੀ ਹੁੰਦਾ ਬਾਹਰ ਗੰਦ ਨਹੀਂ ਪਾ ਸਕਦੇ ਕਿਉਂ ਜੀ ਸੋ ਜੀ ਪਹੁੰਚ ਚੁੱਕੇ ਹਾਂ ਜੀ ਖਤਮ ਹੈ ਜੀ ਹਾਂਜੀ ਪਹੁੰਚ ਚੁੱਕੇ ਹਾਂ ਜੀ ਉਹ ਹੈਗੀਆਂ ਇਹ ਚੀਜ਼ਾਂ ਜਿਹੜੇ ਅਸੀਂ ਲੈ ਕੇ ਗਏ ਸੀ ਉਸ ਬੂਤੇ ਵਾਪਸ ਲੈ ਆਏ ਹਾਂ ਅਸੀਂ ਅਤੇ ਸੋ ਜੀ ਅਸੀਂ ਪਹੁੰਚ ਚੁੱਕੇ ਹਾਂ ਘਰ ਵਾਪਸ ਜੇ ਤੁਹਾਨੂੰ ਬਲੌਗ ਚੰਗਾ ਲੱਗਾ ਅੱਜ ਦਾ ਸਾਡਾ ਬੋਟਿੰਗ ਬੂਟਿੰਗ ਅੱਛੀ ਲੱਗੀ ਹੈ ਅਤੇ ਗਲਤੀਆਂ ਗੁਲਤੀਆਂ ਮਾਫ਼ ਕਰ ਦਿਓ ਕਿਉਂਕਿ ਸਾਨੂੰ ਚਲਾਉਣੀ ਨਹੀਂ ਆਉਂਦੀ ਸੀ ਦੋ ਤਿੰਨ ਵਾਰੀ ਡਿੱਗਦੇ ਡਿੱਗਦੇ ਬੱਚੇ ਹਾਂ ਅਤੇ ਹਰ ਇੱਕ ਬੰਦਾ ਇੱਕ ਇੱਕ ਵਾਰੀ ਝਾੜੀ ਵਿੱਚ ਵੱਜਿਆ ਸਹੀ ਗੱਲ ਸੋ ਖੈਰ ਕੰਡੇ 'ਚ ਵੱਜਿਆ ਕੋਈ ਸਾਫ਼ ਸੁਥਰੀਆਂ ਝਾੜੀਆਂ ਨਹੀਂ ਵੱਜਿਆ ਪਰ ਵੱਜਿਆ ਜ਼ਰੂਰ ਹੈ ਪਰ ਅੱਛਾ ਐਕਸਪੀਰੀਅੰਸ ਸੀਗਾ ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਚੰਗਾ ਅੱਜ ਦਿਨ ਹੋ ਨਿਬੜਿਆ ਅਤੇ ਚਲੋ ਜੀ ਇੱਥੇ ਸਾਡਾ ਜਿਹੜਾ ਵਲੌਗ ਹੈ ਉਹਦੀ ਸਮਾਪਤੀ ਕੀਤੀ ਜਾਂਦੀ ਹੈ ਅਤੇ ਨਵਾਂ ਵਲੌਗ ਲੈ ਕੇ ਜਲਦੀ ਹਾਜ਼ਰ ਹੁੰਦੇ ਹਾਂ ਜੀ ਜੇ ਚੰਗਾ ਲੱਗਾ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਿੱਚ ਹੀ ਮਾਰੀ ਜਾਂਦੇ ਤੁਸੀਂ ਗੱਲ ਕੀ ਹੈ